ਹਾਂਜੀ ਸਟਾਰਟ ਅੱਜ ਪੰਜਾਬ ਦੀ ਸਿਆਸੀ ਫੇਦਾ ਵਿੱਚ ਹੀਜ ਦੀ ਬਿਮਾਰੀ ਫੈਲੀ ਹੋਣ ਕਾਰਨ ਪੰਜਾਬ ਦੇ ਸਿਆਸਤਦਾਨ ਵੱਡੀ ਪੱਧਰ ਤੇ ਇਸ ਬਿਮਾਰੀ ਦੀ ਲਪੇਟ ਵਿੱਚ ਆਏ ਹੋਏ ਹਨ ਡੰਡੀ ਵੱਡੇ ਤੋਂ ਲੈ ਕੇ ਛੋਟਾ ਲੀਡਰ ਇਸ ਬਿਮਾਰੀ ਨਾਲ ਜੂਝ ਰਿਹਾ ਹੈ ਡੰਡੀ ਸਿਆਸੀ ਮਾਹਰਾਂ ਅਨੁਸਾਰ ਇਹ ਬਿਮਾਰੀ ਅਜੇ ਕਰੀਬ ਡੇਢ ਸਾਲ ਹੋਰ ਚੱਲੇਗੀ ਡੰਡੀ ਸਿਆਸੀ ਡਾਕਟਰਾਂ ਅਨਸਾਰ ਇਸ ਬਿਮਾਰੀ ਦਾ ਪੂਰਾ ਜੋਰ ਸਾਲ 2021 ਦੇ ਦਸੰਬਰ ਵਿੱਚ ਹੋਵੇਗਾ ਅਤੇ ਉਸ ਵਕਤ ਹਰ ਸਿਆਸਤਦਾਨ ਨੂੰ ਇਹ ਬਿਮਾਰੀ ਆਪਣੀ ਜਕੜ ਵਿੱਚ ਲੈ ਲਵੇਗੀ ਡੰਡੀ ਇਸ ਬਿਮਾਰੀ ਨੂੰ ਵੇਖਦੇ ਹੋਏ ਆਵਾਮ ਨੂੰ مشਵਰਾ ਦਿੱਤਾ ਜਾਂਦਾ ਹੈ ਕਿ ਇਸ ਤੋਂ ਪੂਰੀ ਤਰ੍ਹਾਂ ਬਚ ਕੇ ਰਿਹਾ ਜਾਵੇ ਡੰਡੀ ਇਨ੍ਹਾਂ ਤੋਂ ਵੱਧ ਤੋਂ ਵੱਧ ਦੂਰੀ ਬਣਾ ਕੇ ਰੱਖੀ ਜਾਵੇ ਡੰਡੀ ਲੋਕ ਆਪਣੀਆਂ ਅਕਲਾਂ ਦੇ ਪਾਣੀ ਨਾਲ ਆਪਣੇ ਹੱਥ बार-बार ਤੋਣ ਅਤੇ ਆਪਣੀਆਂ ਜ਼ਮੀਰਾਂ ਤੇ ਅਣਖਾਂ ਦੇ ਮਾਸਕ ਪਾ ਕੇ ਰੱਖਣ ਡੰਡੀ ਇਹ ਬਿਮਾਰੀ ਕਈ ਵਾਰ ਲੋਕਾਂ ਦੇ ਕੰਨਾਂ ਤੇ ਅੱਖਾਂ ਤੇ ਵੀ ਅਸਰ ਕਰ ਸਕਦੀ ਹੈ ਡੰਡੀ ਸੋ ਆਪਣੀਆਂ ਅੱਖਾਂ ਤੇ ਕੰਨਾਂ ਵਿੱਚ ਵੀ ਆਪਣੀ ਜ਼ਮੀਰ ਦਾ दारू ਪਾਉਂਦੇ ਰਹਿਣ ਤਾਂ ਜੋ ਇਸ ਅਲਾਮਤ ਦਾ ਕੋਈ ਅਸਰਨਾ ਹੋ ਸਕੇ ਡੰਡੀ ਪੈਰਾ ਅੱਜ ਪੰਜਾਬ ਦਾ ਕਿਸਾਨ ਕੇਂਦਰ ਦੀ ਮੋਦੀ ਸਰਕਾਰ ਦੇ ਤੁਗਲਕੀ ਫੈਸਲੇ ਵਿਰੁੱਧ ਸੜਕਾਂ ਤੇ ਬੈਠਾ ਹੈ ਅਤੇ ਇਹ ਸਿਆਸੀ ਲੀਡਰ ਆਪੋ ਆਪਣੀਆਂ ਰੋਟੀਆਂ ਸੇਕਣ ਲੱਗੇ ਹੋਏ ਹਨ ਡੰਡੀ ਸਿਰ ਤੇ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਲਟਕਦੀ ਤਲਵਾਰ ਵੇਖ ਇਨ੍ਹਾਂ ਲੀਡਰਾਂ ਨੂੰ ਹੇ ਜਲਾ ਦੀ ਬਿਮਾਰੀ ਹੋ ਗਈ ਹੈ ਡੰਡੀ ਸਾਰੇ ਲੀਡਰ ਆਪਣੇ ਆਪ ਨੂੰ ਕਿਸਾਨ ਦੇ ਅਤੇ ਸ਼ੀ ਦੱਸ ਰਹੇ ਹਨ ਡੰਡੀ ਸਟਾਪ